ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਉਮੀਦ ਕਰਦੇ ਹਾਂ ਸਾਰੇ ਰਾਜੀ ਬਾਜੀ ਹੋਣਗੇ। ਕਲਾਸ ਆਪਣੀ 3-4 ਦਿਨਾਂ ਬਾਅਦ ਲੱਗ ਰਹੀ ਹੈ। ਹਾਂਜੀ, ਨਵੇਂ ਸਾਲ ਦੀਆਂ ਸਾਰਿਆਂ ਨੂੰ ਲੱਖ ਲੱਖ ਕਰੋੜ ਕਰੋੜ ਵਧਾਈਆਂ। ਠੀਕ ਹੈ, ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਆਪਣੇ ਯਾਰਾਂ ਮਿੱਤਰ ਦੋਸਤਾਂ ਸਹੇਲੀਆਂ ਨੂੰ, ਸਭ ਨੂੰ ਸ਼ੇਅਰ ਕਰ ਦਿਓ। ਆਵਾਜ਼ ਆ ਰਹੀ ਹੈ, ਆਡੀਓ ਵੀਡੀਓ ਓਕੇ, ਥੰਬਸ ਅਪ ਕਰੋ, ਫਿਰ ਉਸ ਕਲਾਸ ਸਟਾਰਟ ਕਰਦੇ ਹਾਂ। ਠੀਕ ਹੈ, ਕਲਾਸ 4-5 ਦਿਨਾਂ ਬਾਅਦ ਲੱਗ ਰਹੀ ਹੈ ਕਿਉਂਕਿ ਨਵੇਂ ਸਾਲ ਦੀ ਕੁਛ ਛੁੱਟੀਆਂ ਸੀ, ਅਤੇ ਉਹਦੇ ਕਰਕੇ ਕੀ ਹੈ, ਤੁਹਾਨੂੰ ਕੁਛ ਰੂਲਸ ਸ਼ਾਇਦ ਤੁਸੀਂ ਭੁੱਲ ਗਏ ਹੋਏ, ਤਾਂ ਰੂਲ ਦੱਸ ਦਿੰਦੇ ਹਾਂ। 15 ਕੁਐਸਚਨ, ਠੀਕ ਹੈ, 15 ਕੁਐਸਚਨ ਹੋਣਗੇ, ਵੇਖਦੇ ਹਾਂ ਕਿੰਨੇ ਨੰਬਰ ਆਉਂਦੇ ਆ ਤੁਹਾਡੇ। ਤੁਹਾਨੂੰ ਉਸ ਦਿਨ ਹੀ ਦੱਸਿਆ ਸੀਗਾ ਕਿ ਇਸ ਤੋਂ ਬਾਅਦ ਕਲਾਸ ਦਾ ਲੈਵਲ ਥੋੜ੍ਹਾ ਜਿਹਾ ਉੱਪਰ ਲੈ ਜਾਵਾਂਗੇ, ਹੌਲੀ ਹੌਲੀ ਕਰਕੇ ਉੱਪਰ, ਜਿਹੜੇ ਬੇਸਿਕ ਬੇਸਿਕ ਸੀ ਉਹ ਆਪਾਂ ਕਰ ਰਹੇ ਸੀ, ਹੈ ਨਾ, ਹੁਣ ਥੋੜ੍ਹਾ ਜਿਹਾ ਲੈਵਲ ਜਿਹੜਾ ਹੈ ਉੱਪਰ ਲੈ ਕੇ ਜਾਵਾਂਗੇ, ਉੱਪਰ ਚੱਕਦੇ ਹਾਂ ਕਲਾਸ। ਠੀਕ ਹੈ, ਦੇਖਦੇ ਹਾਂ ਕਿ ਅਫਸਰ ਬਣਦੇ ਹੋ ਕਿ ਕਲਰਕ ਬਣਦੇ ਹੋ। ਪਹਿਲਾ ਕੁਐਸਚਨ ਤੁਹਾਡੀ ਸਕਰੀਨ 'ਤੇ, ਵਿਚ ਵਨ ਆਫ ਦਾ ਫੋਲਿੰਗ ਇਜ਼ ਕੰਸੀਡਰ ਐਸ ਇਨਸੈਕਟ ਟਰੈਪ ਕਰੋਪ। ਇਨਸੈਕਟ ਟਰੈਪ ਕਰੋਪ ਵਾਸਤੇ ਕਿਹੜੀ ਕਰੋਪ ਯੂਜ਼ ਕੀਤੀ ਜਾਂਦੀ ਹੈ? ਮੇਜ਼, ਪੈਡੀ, ਓਕਰਾ, ਪੋਟੈਟੋ। ਮੇਜ਼, ਪੈਡੀ, ਓਕਰਾ, ਪੋਟੈਟੋ। ਦੇਖੋ ਇਹਦੇ ਵਿੱਚ ਅਗਰ ਵਿੱਚ ਉਹਨਾਂ ਫੋਲਿੰਗ ਕੰਸੀਡਰ ਇਨਸੈਕਟ ਟਰੈਪ ਕਰੋਪ ਦੇ ਵਿੱਚ ਆਪਾਂ ਨੂੰ ਕੋਈ ਹੋਰ ਆਪਸ਼ਨ ਹੋਵੇ, ਕਿਹੜੀ ਆਪਸ਼ਨ ਹੋਰ ਹੋ ਸਕਦੀ ਹੈ ਜਿਹੜੀ ਐਜ਼ ਅ ਟਰੈਪ ਕਰੋਪ ਯੂਜ਼ ਕੀਤੀ ਜਾਂਦੀ ਹੈ? ਓਕਰਾ ਕਹਿ ਰਹੇ ਬੱਚੇ, ਹਾਂਜੀ ਓਕਰਾ, 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 ਓਕਰਾ ਸਹੀ ਕਰਦੀ ਹੈ। ਪੈਡੀ ਤਾਂ ਨਹੀਂ ਹੋਏਗਾ, ਓਕਰਾ ਹੀ ਹੈ, ਕਿਉਂਕਿ ਟਰੈਪ ਕਰੋਪ ਕਿਹੜੀ ਹੈ? ਟਰੈਪ ਕਰਾਉਣਾ ਫਸਲ ਵਿੱਚ, ਹੈ ਨਾ, ਕਿਸੇ ਹੋਰ ਫਸਲ ਦੇ ਵਿੱਚ ਆਪਾਂ ਟਰੈਪ ਕਰਨਾ ਹੈ ਤਾਂ ਓਕਰਾ ਯੂਜ਼ ਕੀਤੀ ਜਾਂਦੀ ਹੈ। ਯੈਸ, ਬਿਲਕੁਲ ਸਹੀ ਹੈ। ਕੋਟਨ ਦੇ ਵਿੱਚ ਮੈਰੀਗੋਲਡ ਵੀ ਹੋਊਗੀ, ਮੈਰੀਗੋਲਡ ਵੀ ਯੂਜ਼ ਕੀਤੀ ਜਾਂਦੀ ਹੈ ਟਰੈਪ ਕਰੋਪ, ਹੈ ਨਾ, ਕਲੀਅਰ। ਨੈਕਸਟ ਚੱਲਦੇ, ਨੈਕਸਟ ਕੁਐਸਚਨ ਤੁਹਾਡੀ ਸਕਰੀਨ 'ਤੇ। The organization related to export of agriculture processed product is, agriculture processed product ਨੂੰ ਜਿਹੜੀ ਕੀ ਹੈ ਐਕਸਪੋਰਟ ਕਰਦੇ ਉਹਨੂੰ ਆਪਾਂ ਕੀ ਕਹਿੰਦੇ ਹਾਂ? ਦੇਖੋ APMC, ਹੈ ਨਾ, ਆਪਣੀ ਮੰਡੀ ਦੀ, ਜਿਹੜੀ ਆਪਣੀ ਮੰਡੀ ਦੀ ਗੱਲ ਕਰਦੇ ਹਾਂ। APMC, ਨਬਾਰਡ, ਨਬਾਰਡ ਜਿਹਦਾ ਹੈਡਕੁਆਟਰ ਕਦੋਂ ਹੈ, ਕਿੱਥੇ ਹੈ? ਮੁੰਬਈ ਦੇ ਵਿੱਚ, 1982 ਦੇ ਵਿੱਚ ਆਇਆ ਮੁੰਬਈ, 1982 ਦੇ ਵਿੱਚ ਸੀਵਾ ਰਮਨ ਕਮੇਟੀ ਲੈ ਕੇ ਆਏ, ਦੱਸਿਆ ਹੋਇਆ ਨਾ ਕਲਾਸ ਦੇ ਵਿੱਚ, ਸੀਵਾ ਰਮਨ ਕਮੇਟੀ, ਜਾਂ ਆਪਾਂ ਨੂੰ ਕੀ ਕਹਿ ਦਿੰਦੇ ਹਾਂ, ਕ੍ਰੈਫੀ ਕਾਰਡ ਕਮੇਟੀ ਕਹਿ ਦਿੰਦੇ ਹਾਂ। CACP ਕੀ ਹੈ? ਕੈਬਿਨੇਟ, ਹੈ ਨਾ, CACP ਕੈਬਿਨੇਟ ਤੋਂ ਹੁੰਦਾ ਸ਼ੁਰੂ। ਹਾਂਜੀ, 12 ਜੁਲਾਈ 1982 ਕੀ ਕਹਿ ਰਹੇ ਸਾਰੇ? ਹਾਂਜੀ, ਅਪੀਡਾ, ਅਪੀਡਾ ਕਹਿ ਰਹੇ। ਅੱਛਾ, ਐਗਰੀਕਲਚਰ ਪ੍ਰੋਸੈਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ, ਬਿਲਕੁਲ ਸਹੀ ਹੈ। ਇਹ ਕੀ ਹੈ? ਪ੍ਰੋਸੈਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ, ਜਿਹਦੇ ਵਿੱਚ ਔਰਗੈਨਿਕ ਇੰਡੀਆ ਦੇ ਨਾਂ ਤੋਂ ਹੀ ਅੱਜ ਕੱਲ੍ਹ ਪ੍ਰੋਡਕਟ ਆ ਰਿਹਾ, ਤਾਂ ਇਹ ਕੀ ਰਹੇਗਾ ਆਂਸਰ? ਅਪੀਡਾ ਰਹੇਗਾ, ਹੈ ਨਾ, ਐਕਸਟੈਂਸ਼ਨ ਦਾ ਕੁਐਸਚਨ ਸੀ। CACP ਕੀ ਹੈ? ਇੱਕ CCEA ਹੁੰਦਾ, ਇੱਕ CACP ਹੁੰਦਾ, ਦੋਨਾਂ 'ਚ ਕੀ ਫਰਕ ਹੈ? ਹੁਣ ਆ ਰਹੀ ਆਵਾਜ਼? ਹਾਂਜੀ, ਹੁਣ ਆ ਰਹੀ ਹੋਏਗੀ। CACP ਹੁੰਦਾ, CCEA ਹੁੰਦਾ, ਦੋਨੇ ਦੱਸੋ ਕੀ ਫਰਕ ਹੈ। ਚਲੋ, ਥਰਡ ਕੁਐਸਚਨ, 1 ਕਿਲੋਗ੍ਰਾਮ ਆਫ ਨਾਈਟ੍ਰੋਜਨ ਇਜ਼ ਇਕੁਅਲੈਂਟ ਟੂ, 1 ਕਿਲੋਗ੍ਰਾਮ ਨਾਈਟ੍ਰੋਜਨ 2.17, 3.2, 4.2, 1.7।
ਕਿੰਨੇ ਇਕੁਲੈਂਟ ਹੈ? ਦੇਖੋ 100 ਕਿਲੋਗ੍ਰਾਮ ਯੂਰੀਆ ਲਈਏ, 100 ਕਿਲੋਗ੍ਰਾਮ ਯੂਰੀਆ ਲਈਏ ਤਾਂ ਵਿੱਚ ਕਿੰਨੀ ਹੁੰਦੀ ਹੈ? 46 ਕਿਲੋਗ੍ਰਾਮ ਕੀ ਹੁੰਦੀ ਹੈ? ਨਾਈਟ੍ਰੋਜਨ। ਮਾਈਕ ਚਲਾ ਲਓ। ਸਤਿ ਸ਼੍ਰੀ ਅਕਾਲ। ਹਾਂ ਤਾਂ 1 ਕਿਲੋਗ੍ਰਾਮ ਆਪਾਂ ਪਤਾ ਕਰਨਾ, ਨਾਈਟ੍ਰੋਜਨ ਪਤਾ ਕਰਨੀ ਆ, 100/46 ਯੂਰੀਆ ਬਰਾਬਰ ਹੋ ਜਾਏਗੀ 1 ਕਿਲੋਗ੍ਰਾਮ ਨਾਈਟ੍ਰੋਜਨ। ਤਾਂ 1 ਕਿਲੋਗ੍ਰਾਮ ਨਾਈਟ੍ਰੋਜਨ ਵਾਸਤੇ ਆਪਾਂ ਨੂੰ ਕਿੰਨੀ ਚਾਹੀਦੀ ਹੈ? ਇਹਨੂੰ ਜਦ ਸੋਲਵ ਕਰਾਂਗੇ ਕਿੰਨਾ ਆ ਜਾਏਗਾ, 2.17 ਯੂਰੀਆ ਚਾਹੀਦੀ ਹੈ। ਮਤਲਬ 1 ਕਿਲੋਗ੍ਰਾਮ ਨਾਈਟ੍ਰੋਜਨ ਵਾਸਤੇ 2.17 ਕਿਲੋਗ੍ਰਾਮ ਯੂਰੀਆ ਚਾਹੀਦਾ। ਤਾਂ ਆਨਸਰ ਕੀ ਰਹੇਗਾ? ਏ। ਥਰਡ ਕੁਐਸਚਨ ਸੀ, ਦੱਸੋ ਕਿੰਨੇ ਨੰਬਰ ਹੁਣ ਤੱਕ? 3 ਵਿੱਚੋਂ 3 ਹੋਣੇ ਚਾਹੀਦੇ ਸੀ, ਬਿਲਕੁਲ ਬੇਸਿਕ ਬੇਸਿਕ ਚੱਲ ਰਿਹਾ ਹੈ ਨਾ। ਹੁਣ ਆਪਾਂ ਲੈਵਲ ਖੇਡ ਲਓ ਸਰ, ਤੁਹਾਡੇ ਵਾਸਤੇ ਕੁਐਸਚਨ ਰੂਟ ਨੋਡ ਨਿਮਾਟੋਡ ਕੈਨ ਬੀ ਕੰਟਰੋਲਡ ਬਾਏ, ਰੂਟ ਨੋਡ ਨਿਮਾਟੋਡ ਜਿਹੜਾ ਹੈ ਕੰਟਰੋਲ ਕੀਤਾ ਜਾ ਸਕਦਾ ਹੈ। ਦੇਖੋ ਐਪਿਕ, ਨਟੀਵੋ, ਲਸਟਰ, ਇਹ ਆਪਾਂ ਪੜਿਆ ਹੋਇਆ ਹੈ ਨਾ। ਐਪਿਕ ਹੋ ਗਿਆ, ਨਟੀਵੋ ਹੋ ਗਿਆ, ਲਸਟਰ ਹੋ ਗਿਆ, ਮਸਟਰਡ ਕੇਕ ਹੋ ਗਿਆ, ਤਾਂ ਇਹਨਾਂ ਦੱਸੋ ਕਿਹੜੀ ਆਪਸ਼ਨ ਰਹੇਗੀ? ਰੂਟ ਨੋਟ ਨਿਮਾਟੋਡ, ਰੂਟ ਦੇ ਵਿੱਚ ਗੰਢਾਂ ਬਣਾ ਦੇਣੀਆਂ ਹੈ ਨਾ, ਮਿਲਾਈਟੋਗਾਈਨੀ ਸਪੀਸੀਸ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਕਿਹਦੇ ਨਾਲ ਕੰਟਰੋਲ ਕੀਤਾ ਜਾਂਦਾ? ਦੱਸ ਆਹ ਜਿਹੜਾ 26.8 ਐਪਿਕ ਹੈ, ਇਹ ਕੀ ਤਾਂ ਇਹ ਕੀ ਸੀ? ਫੰਜੀਸਾਈਡ ਸੀ ਹੈ ਨਾ। ਇਹ ਤਾਂ ਕੀ ਪੜਿਆ ਆਪਾਂ? ਫੰਜੀਸਾਈਡ। ਨਟੀਵੋ ਵੀ ਕੀ ਪੜਿਆ? ਫੰਜੀਸਾਈਡ। ਲਸਟਰ ਵੀ ਕੀ ਪੜਿਆ ਹੈ ਨਾ, ਇਹ ਸਾਰੇ ਫੰਜੀਸਾਈਡ ਦੇ ਵਿੱਚ ਪੜੇ। ਬਟ ਅਗਰ ਰੂਟ ਨੋਟ ਨਿਮਾਟੋਡ ਨੂੰ ਕੰਟਰੋਲ ਕਰਨਾ ਤਾਂ ਆਪਾਂ ਮਸਟਰਡ ਕੇਕ ਐਟ ਦ ਰੇਟ ਆਫ 40 ਗ੍ਰਾਮ ਪਰ ਸਕੇਅਰ ਮੀਟਰ, ਮੀਟਰ ਆਏਗਾ ਦੇ ਲਈ ਯੂਜ਼ ਕਰਦੇ ਹਾਂ। ਇਹ ਬਿਲਕੁਲ ਸਹੀ ਆਂਸਰ ਹੈ ਜਿਹੜੇ ਇਹ ਲਗਾ ਰਿਹਾ। ਨੈਕਸਟ, ਅੱਛਾ ਏਡੀਓ ਦਾ ਬੈਚ ਜਿਹੜਾ ਹੈ ਆਪਣਾ ਬੱਚੇ ਜਮਾਨ 'ਤੇ, ਨਿਊ ਈਅਰ ਔਫ ਚੱਲ ਰਹੀ ਹੈ, ਤੁਸੀਂ ਨਿਊ ਈਅਰ ਔਫ ਵਿੱਚ ਕਿੰਨਾ ਪਹਿਲਾਂ ਸੀਗਾ ਪ੍ਰਾਈਸ? 3100 ਰੁਪਏ, ਠੀਕ ਹੈ। ਉਦੋਂ ਕੂਪਨ ਕੋਲ ਲੱਗਦਾ ਸੀ 1000 ਦਾ, ਹੁਣ ਨਿਊ ਈਅਰ ਕਰਕੇ ਸਿਰਫ ਕੱਲ੍ਹ ਤੱਕ ਜਿਹੜਾ ਹੈ ਇਹ ਔਫ ਰਹੇਗੀ। ਤਾਂ ਨਿਊ ਈਅਰ ਕਰਕੇ ਕਿੰਨੇ ਦਾ ਰਹੇਗਾ? ਕੂਪਨ ਕੋਲ ਲਗਾਉਣਾ AC 738, ਯਾਦ ਕਰ ਲੈਣਾ ਕੂਪਨ ਕੋਡ AC 738, ਕਿੰਨੇ ਦਾ ਮਿਲ ਜਾਏਗਾ? ਸਿਰਫ ਔਰ ਸਿਰਫ 1100 ਰੁਪਏ ਦਾ, ਸਿਰਫ ਔਰ ਸਿਰਫ 1100 ਰੁਪਏ ਦਾ। ਵੈਲਿਡਿਟੀ ਵੀ 6 ਮਹੀਨੇ ਦੀ ਦਿੱਤੀ ਜਾ ਰਹੀ ਹੈ। ਹਾਂਜੀ, ਸ਼ੀਸ਼ ਬਲਾਈਟ ਦੇ ਕੰਟਰੋਲ ਵਾਸਤੇ ਯੂਜ਼ ਕਰਦੇ ਸੀ ਆਪਾਂ, ਨਟੀਵੋ ਹੋ ਗਿਆ, ਐਪਿਕ ਹੋ ਗਿਆ ਹੈ ਨਾ, ਲਸਟਰ ਹੋ ਗਿਆ, ਇਹ ਸਾਰਾ ਸ਼ੀਸ਼ ਬਲਾਈਟ ਯੂਜ਼ ਕਰਦੇ ਸੀ। ਹਾਂਜੀ, ਸ਼ੀਸ਼ ਬਲਾਈਟ ਕਿੰਨੇ ਕਰਕੇ ਹੁੰਦੀ ਸੀ? ਦੇਖੋ 50 ਗ੍ਰਾਮ ਟਾਕੂਮੀ ਇਜ਼ ਯੂਜ਼ ਟੂ ਕੰਟਰੋਲ ਡੈਸ਼ ਪੈਸਟਿਨ ਰਾਈਸ। 50 ਗ੍ਰਾਮ ਟਾਕੂਮੀ ਕੀ ਕਿਹਦੇ ਲਈ ਯੂਜ਼ ਕਰਦੇ ਸੀ ਹੈ ਨਾ? ਇਹ ਦੱਸਿਆ ਸੀ ਫੇਮ ਟਾਕੂਮੀ, ਹੋਰ ਕੀ ਕੀਤਾ ਸੀ? ਕੋਰਾਜਿਨ, 60 ml ਕੋਰਾਜਿਨ, 20 ml ਫੇਮ, 50 ਗ੍ਰਾਮ ਟਾਕੂਮੀ, 170 ਗ੍ਰਾਮ ਕੀ ਸੀ? ਕਾਰਟ੍ਰਿਪ ਹਾਈਡਰੋਕਲੋਰਾਈਡ ਹੈ ਨਾ। ਤਾਂ ਇਹ ਆਪਾਂ ਯੂਜ਼ ਕਰਦੇ ਸੀ ਕਿਹਦੇ ਲਈ ਯੂਜ਼ ਕਰਦੇ ਸੀ? ਲੀਫ ਫੋਲਡਰ ਲਈ, ਰਾਈਸ ਸਟੈਮ ਬੋਰਰ ਲਈ, ਰਾਈਸ ਰੂਟ ਵੀਵਰ ਲਈ ਅਤੇ ਪਲਾਂਟ ਹੋਪਰ ਲਈ। ਪਲਾਂਟ ਹੋਪਰ ਹੈ, ਪਲਾਂਟ ਹੋਪਰ, ਪਲਾਂਟ ਹੋਪਰ ਕਹਿ ਰਿਹਾ, ਹਿਰਦੇ ਪਲ ਕਹਿ ਰਿਹਾ, ਫਟੇਰਾ, ਫਟੇਰਾ, ਹਾਂਜੀ ਫਟੇਰਾ, ਉਹ ਪਿਛਲੇ ਚਲਾ ਗਿਆ, ਮਸਟਰਡ ਕੇਕ, ਹਾਂਜੀ। ਤਾਂ ਇਹਦਾ ਆਂਸਰ ਹੀ ਦੱਸੋ, ਪਲਾਂਟ ਹੋਪਰ ਕਹਿ ਰਿਹਾ। ਯੈਸ, ਕਿਉਂਕਿ ਆਪਾਂ ਲੀਫ ਫੋਲਡਰ ਵਿੱਚ ਪੜ੍ਹਿਆ, ਲੀਫ ਫੋਲਡਰ ਵਿੱਚ ਕਿੰਨਾ ਸੀਗਾ ਆਪਾਂ ਪੜ੍ਹ ਕੇ ਆਏ, ਕਿੰਨਾ ਸੀਗਾ? 10 ETL ਪੜ੍ਹਿਆ, ਰਾਈਸ ਟੈਮ ਬੋਰਰ ਪੜ੍ਹਿਆ ਜਿਹਦਾ 5% ETL ਸੀਗਾ, ਅਤੇ ਰਾਈਸ ਰੂਟ ਵੀਵਲ ਦੇ ਵਿੱਚ ਕੀ ਕੀਤਾ ਜਾਂਦਾ ਹੈ? ਟਾਕੂਮੀ 50 ਗ੍ਰਾਮ ਯੂਜ਼ ਕੀਤੀ ਜਾਂਦੀ ਹੈ। ਓਲ ਐਕਸੈਪਟ ਬੀ। ਨੈਕਸਟ, ਸ਼ੀਥ ਰੋਡ ਕੋਸ ਲੀਫ ਸ਼ੀਥ ਰੋਡ ਇਟ ਕੈਨ ਬੀ ਕੰਟਰੋਲ, ਸ਼ੀਥ ਰੋਡ ਨੂੰ ਕੰਟਰੋਲ ਕਰਨ ਵਾਸਤੇ ਕੀ ਕਰਦੇ ਹਾਂ? 26.8 ਐਪਿਕ ਇੰਡੋਫਿਲ, ਜਿਵੇਂ Z78, ਇਹ ਕਿਹੜਾ ਹੋ ਗਿਆ? ਜ਼ੀਨਿਬ।
ਨਟੀਵੋ ਜਾਂ 50 ਗ੍ਰਾਮ ਕੋਸਾਈਡ ਜਿਹਨੂੰ ਆਪਾਂ ਕਹਿੰਦੇ ਕਾਟ ਔਰ ਦੂਜਾ ਕੋਪਰ ਹਾਈਡਰੋਕਲੋਰਾਈਡ ਹੈ ਨਾ ਕੋਸਾਈਡ ਬਿਲਕੁਲ ਸਹੀ ਹੈ ਜੀ ਇਹਦਾ ਵੀ ਆਂਸਰ ਦੱਸ ਦਿਓ ਸ਼ੀਥ ਰੋਟ ਕੋਸੀ ਦਾ ਲੀਫ ਸ਼ੀਥ ਟੂ ਰੋਟ ਇਟ ਕੈਨ ਬੀ ਕੰਟਰੋਲ ਬਾਈ ਯੂਜ਼ਿੰਗ ਐਪਿਕ ਇੰਡੋਫਿਲ ਨਟੀਵੋ ਜਾਂ ਕੋਸਾਈਡ ਠੀਕ ਹੈ ਸਿਕਸ ਕੁਸ਼ਚਨ ਹੈ ਹੁਣ ਤੱਕ ਪੰਜ ਹੋ ਗਏ ਨਾਲ ਨਾਲ ਲਿਖਦੇ ਰਹਿਣਾ ਕਿ ਕਿੰਨੇ ਮਾਰਕਸ ਬਣ ਰਹੇ ਜਿਹੜੇ ਬੱਚੇ ਬਾਹਰ ਰਿਕੋਰਡਿੰਗਾਂ ਦੇਖ ਰਿਹਾ ਉਹ ਦੱਸਣਗੇ ਕਮੈਂਟ ਸੈਕਸ਼ਨ ਵਿੱਚ ਕਿ ਤੁਹਾਡੇ ਇਹਦੇ ਵਿੱਚੋਂ ਕਿੰਨੇ ਮਾਰਕਸ ਆ ਰਹੇ 26.8 ਗ੍ਰਾਮ ਐਪਿਕ ਯੈਸ ਨਟੀਵੋ ਨਟੀਵੋ ਕਹਿ ਰਿਹਾ ਹੁਣ ਨਟੀਵੋ ਆਏਗਾ ਕਿ ਐਪਿਕ ਆਏਗਾ ਜਲਦੀ ਦੱਸੋ ਅੱਠ ਕੁਛ ਕਹਿ ਰਿਹਾ ਸੀ ਨਟੀਵੋ ਕੁਛ ਕਹਿ ਰਿਹਾ ਐਪਿਕ ਇਹਦਾ ਆਂਸਰ ਹੈਗਾ ਰਾਜੇ 26.8 ਐਪਿਕ ਵੈਸੇ ਨਟੀਵੋ ਵੀ ਯੂਜ਼ ਕੀਤੀ ਜਾਂਦੀ ਹੈ ਠੀਕ ਹੈ ਵੈਸੇ ਇਹਦਾ ਆਂਸਰ ਕੀ ਹੈ 26 ਇਹ ਸਾਰੇ ਐਪਿਕ ਨਟੀਵੋ ਹੁਣੇ ਦੱਸ ਕੇ ਕਹਿੰਦੇ ਲਈ ਯੂਜ਼ ਕੀਤੇ ਸੀ ਸ਼ੀਥ ਬਲਾਈਟ ਲਈ ਨੈਕਸਟ ਕੁਸ਼ਚਨ ਹੈ ਜੈਸਿਡ ਇਨ ਕੋਟਨ ਕੈਨ ਬੀ ਕੰਟਰੋਲ ਹੁਣ ਜੈਸਿਡ ਆਪਾਂ ਪੜ੍ਹਿਆ ਕੀ ਸੀਗਾ ਜੈਸਿਡ ਦੇ ਕੰਟਰੋਲ ਵਾਸਤੇ ਗੁੱਚੋ ਯੂਜ਼ ਕਰਦੇ ਹਾਂ ਕਰੂਜ਼ਰ ਯੂਜ਼ ਕਰਦੇ ਹਾਂ ਓਸ਼ੀਅਨ ਯੂਜ਼ ਕਰਦੇ ਹਾਂ ਡੋਨਟੋਟਸੂ ਯੂਜ਼ ਕਰਦੇ ਹਾਂ ਜੈਸਿਡ ਓਸ਼ੀਅਨ ਯੂਜ਼ ਕਰਦੇ ਹਾਂ ਗੁੱਚੋ ਅੱਛਾ ਗੁੱਚੋ ਕਰੂਜ਼ਰ ਕਿੰਨੇ ਵਜੇ ਲਿਖਿਆ ਸੀ ਗੁੱਚੋ ਇਮੀਡਾ ਕਲੋਪ੍ਰਿਡ ਕਰੂਜ਼ਰ 5 ਗ੍ਰਾਮ 7 ਗ੍ਰਾਮ ਆਪਾਂ ਕੀ ਕਰਦੇ ਸੀ ਸੀਡ ਟ੍ਰੀਟਮੈਂਟ ਕਰਾ ਰਹੇ ਸੀ ਹੈ ਨਾ ਸੀਡ ਨੂੰ ਟ੍ਰੀਟ ਕਰਵਾ ਰਹੇ ਸੀ ਹੈ ਨਾ ਹਾਂਜੀ ਐਪਿਕ ਬਿਲਕੁਲ ਸਹੀ ਹੈ ਗੁੱਚੋ ਕਰੂਜ਼ਰ ਆਪਾਂ ਕੋਟਨ ਦੇ ਵਿੱਚ ਸੀ ਟ੍ਰੀਟਮੈਂਟ ਯੂਜ਼ ਕਰ ਰਹੇ ਸੀ ਕਿੰਨੇ ਲਈ ਯੂਜ਼ ਕਰ ਰਹੇ ਸੀ ਇਮੀਡਾ ਕਲੋਪ੍ਰਿਡ ਪਲੱਸ ਥਾਇਓਮੀਥੋਕਸਮ ਜਿਹਨੇ ਦੱਸਿਆ ਸੀ ਇੱਕ ਟਾਰਾ ਦੋ ਟਾਰਾ ਜਿਹੜੀ ਆਉਂਦੀ ਹੈ ਉਹਦੇ ਕੀ ਹੁੰਦਾ ਥਾਇਓਮੀਥੋਕਸਮ ਹੁੰਦਾ ਹੈ ਨਾ ਸਕਿੰਗ ਪੈਸਟ ਸਕਿੰਗ ਪੈਸਟ ਹਾਂ ਜੈਸਿਡ ਕੀ ਹੈ ਸਕਿੰਗ ਪੈਸਟ ਹੈ 5 ਗ੍ਰਾਮ ਗੁੱਚੋ 7 ਗ੍ਰਾਮ ਕੀ ਸੀ ਕਰੂਜ਼ਰ ਕਿੰਨੇ ਲਈ ਯੂਜ਼ ਕਰਦੇ ਸੀ ਇੱਕ ਡੋਨਟੋਟਸੂ ਵੀ ਹੈ ਅੱਛਾ ਗੁੱਚੋ ਤੇ ਕਰੂਜ਼ਰ ਕਿੰਨੇ ਲਈ ਸੀ ਇਹ ਦੱਸ ਦਿਓ ਗੁੱਚੋ ਕਰੂਜ਼ਰ ਦੋਨੋਂ ਆਣ ਗਿਆ ਆਂਸਰ ਜੈਸਿਡ ਲਈ ਸੀ ਅੱਛਾ ਇਹਦੇ ਵਿੱਚ ਸਿਰਫ ਔਰ ਸਿਰਫ ਹਾਂ ਗੁੱਚੋ ਕਰੂਜ਼ਰ ਓਸ਼ੀਅਨ ਇਹਦਾ ਆਂਸਰ ਆਉਣਾ ਸੀ ਏ ਬੀ ਸੀ ਤਿੰਨੋਂ ਹੀ ਆਂਸਰ ਹੋ ਸਕਦੇ ਸੀ ਹੈ ਨਾ ਤਿੰਨੋਂ ਹੀ ਆਂਸਰ ਹੋ ਸਕਦੇ ਸੀ ਯੈਸ ਓਸ਼ੀਅਨ ਵੀ ਯੂਜ਼ ਕਰਦੇ ਹਾਂ ਬਟ ਉਹਨਾਂ ਨੇ ਅਗਰ ਇੱਥੇ ਐਕਚੁਅਲ ਕੁਸ਼ਚਨ ਕੀ ਹੋਣਾ ਚਾਹੀਦਾ ਸੀ ਜੈਸਿਡ ਕੋਟਨ ਕੈਨ ਬੀ ਕੰਟਰੋਲ ਬਾਈ ਯੂਜ਼ਿੰਗ ਸਪਰੇ ਕਿਹੜੀ ਸਪਰੇ ਯੂਜ਼ ਕਰਨੀ ਹੈ ਸਪਰੇ ਕਰਨੀ ਹੈ ਤਾਂ ਆਪਾਂ ਹਮੇਸ਼ਾ ਕੀ ਆਏਗਾ ਓਸ਼ੀਅਨ ਆਏਗਾ ਇਹ ਗੁੱਚੋ ਕਰੂਜ਼ਰ ਕੀ ਸੀ ਇਹ ਤਾਂ ਸੀ ਸੀ ਟ੍ਰੀਟਮੈਂਟ ਵਿੱਚ ਹਰਬੀਸਾਈਡ ਯੂਜ਼ ਫੋਰ ਪੋਸਟ ਐਮਰਜੈਂਸ ਪੋਸਟ ਐਮਰਜੈਂਸ ਆ ਗਿਆ ਐਪਲੀਕੇਸ਼ਨ ਕੰਟਰੋਲ ਦਿਲਾਵੀਡ ਇਨ ਸ਼ੂਗਰ ਕੇਨ ਦਿਲਾਵੀਡ ਮਤਲਬ ਜਿਹੜੇ ਬਰੋਡ ਵੀਡ ਹੈ ਨਾ ਬਰੋਡ ਲੀਫ ਵੀਡ ਹੈ ਬੀ ਐਲ ਡਬਲਯੂ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਬਰੋਡ ਲੀਫ ਵੀਡ ਉਹਨਾਂ ਨੂੰ ਕੰਟਰੋਲ ਸ਼ੂਗਰ ਕੇਨ ਦੇ ਵਿੱਚ ਕਰਨਾ ਹੈ ਤਾਂ ਕੀ ਯੂਜ਼ ਕਰਾਂਗੇ 240 ਅਥੋਰਟੀ ਐਨ ਐਕਸ ਟੀ ਅਥੋਰਟੀ ਐਨ ਐਕਸ ਪੜ੍ਹਿਆ ਸੀ ਨਾ ਆਪਾਂ ਅਥੋਰਟੀ ਐਨ ਐਕਸ ਯੂਜ਼ ਕਰਦੇ ਹਾਂ 1000 ਗ੍ਰਾਮ ਬਿਲਕੁਲ ਸਹੀ ਹੈ ਤਾਂ ਲਿਖਿਆ ਹੋਇਆ ਐਕਟਰਾਟੈਫ ਜਿਹਦੇ 'ਚ ਐਕਟਰਾਜ਼ੀਨ ਯੂਜ਼ ਕਰਦੇ ਸੀ 500 ਗ੍ਰਾਮ ਸੈਂਸਰ ਕੀ ਯੂਜ਼ ਕਰਾਂਗੇ 800 ਗ੍ਰਾਮ 240 ਸੋਡੀਅਮ ਸੋਲਟ ਇੱਕ ਅਮਾਈਨ ਸੋਲਟ ਵੀ ਪੜ੍ਹਿਆ ਹੋਏਗਾ 400 ਗ੍ਰਾਮ ਹੈ ਨਾ ਤਾਂ ਇਹਦੇ ਵਿੱਚ ਕੀ ਆਏਗਾ ਏ ਬੀ ਸੀ ਜਾਂ ਫਿਰ ਡੀ ਕੁਸ਼ਚਨ ਨੰਬਰ ਹੈ 8th ਕੁਸ਼ਚਨ ਕਿਹੜਾ ਹੈ 8th
ਹਜ਼ਾਰ ਗ੍ਰਾਮ ਅਥੋਰਟੀ 1000 ਗ੍ਰਾਮ ਰਾਜੇ ਇੱਥੇ ਲਿਖਿਆ ਹੈ ਦਿਲਾ ਵੇਟ। ਇਹ ਵੀ ਥੋੜ੍ਹਾ ਧਿਆਨ ਨਾਲ ਵੇਖੋ, ਦਿਲਾ ਵੇਟ ਨੂੰ ਕੰਟਰੋਲ ਕਰਨ ਵਾਸਤੇ ਕੀ ਯੂਜ਼ ਕੀਤਾ ਜਾਏ। ਹਜ਼ਾਰ ਗ੍ਰਾਮ। ਅੱਛਾ, ਦਿਲਾ ਵਾਸਤੇ ਆਪਾਂ ਬਰੋਲੀ ਵੀਡ ਵਾਸਤੇ 800 ਗ੍ਰਾਮ ਆ ਨਹੀਂ ਯੂਜ਼ ਕਰਦੇ, 240। ਇਹਦਾ ਆਂਸਰ ਆ ਜੇ ਏ ਰਹੇਗਾ। ਅਥੋਰਟੀ ਐਨਐਕਸੀ ਯੂਜ਼ ਕਰਦੇ, ਬਟ ਦਿਲਾ ਵਾਸਤੇ ਸਪੈਸ਼ਲ ਜਿਹੜਾ ਹੈ 240 ਯੂਜ਼ ਕੀਤਾ ਹੈ, ਕਿਉਂਕਿ ਬਰੋਲੀ ਫੀਡ ਹੈ। ਜਿਹੜਾ ਆਪਣਾ ਏਡੀਓ ਦਾ ਬੈਚ ਹੈ 7 ਦਸੰਬਰ ਤੋਂ ਜੋ ਸਟਾਰਟ ਹੋਇਆ, ਉਹਦਾ ਪ੍ਰਾਈਜ਼ ਜੋ ਹੈ 3100 ਰੁਪਇਆ ਹੈ। ਅਗਰ ਤੁਸੀਂ ਕੂਪਨ ਕੋਡ ਲਗਾਉਂਦੇ ਹੋ AC 738, ਇਹ ਤੁਹਾਨੂੰ ਕਿੰਨੇ ਦਾ ਮਿਲੇਗਾ? ਇਹ ਮਿਲੇਗਾ ਸਿਰਫ ਔਰ ਸਿਰਫ 1100 ਰੁਪਏ ਦਾ। ਵੈਲਿਡਿਟੀ ਸੇਮ ਰਹੇਗੀ, ਕੋਈ ਫਰਕ ਨਹੀਂ ਆਏਗਾ। ਔਫਲਾਈਨ ਬੈਚ ਬੱਚੇ ਹਜੇ ਵੀ ਰਜਿਸਟਰ ਕਰਵਾ ਰਿਹਾ, ਔਫਲਾਈਨ ਬੈਚ ਵੀ ਤੁਹਾਨੂੰ ਨਿਊ ਈਅਰ 'ਤੇ ਔਫ ਦਿੱਤੀ ਜਾਏਗੀ। 5500 ਦਾ ਰਹਿ ਜਾਏਗਾ ਔਫਲਾਈਨ ਬੈਚ, ਕਿੰਨੇ ਦਾ ਰਹਿ ਜਾਏਗਾ? 5500 ਦਾ। ਬਾਏ ਕਰ ਸਕਦੇ ਹੋ, ਕਲੀਅਰ? ਨੈਕਸਟ ਚਲ, ਸੋਇੰਗ ਟਾਈਮ ਆਫ ਮੈਚ, ਸੋਇੰਗ ਟਾਈਮ ਅਥੋਰਟੀ ਸਿਲੈਕਟਿਵ ਆ। ਹਾਂਜੀ, 800 ਗ੍ਰਾਮ 240 ਆਏਗਾ। ਹਾਂ, ਨੈਕਸਟ ਸੋਇੰਗ ਟਾਈਮ ਆਫ ਮੈਚ ਇਨ, ਹੈ ਨਾ, ਮੈਚ ਦੇ ਵਿੱਚ ਆਪਾਂ ਇਹ ਨਹੀਂ ਦੇਖ ਰਹੇ ਕਿ ਮੈਚ ਨੂੰ ਸ਼ੂਗਰ ਕੇਨ ਦੇ ਵਿੱਚ, ਸ਼ੂਗਰ ਕੇਨ ਦੇ ਵਿੱਚ ਆਪਾਂ ਪੜ੍ਹਿਆ ਹੋਇਆ 5 ਕਿਲੋਗ੍ਰਾਮ ਫੀਡ ਯੂਜ਼ ਕਰਦੇ ਹਾਂ 20 ਤੋਂ 10 ਜੁਲਾਈ, ਉਹ ਤਾਂ ਪੜ੍ਹ ਲਏ। ਚਲੋ, ਇਹਨੇ ਪੁੱਛਿਆ ਇਕੱਲਾ ਮੈਚ ਤਾਂ ਸੋਇੰਗ ਟਾਈਮ ਕਰਦੇ, 15 ਤੋਂ 25 ਜੁਲਾਈ ਹੈ ਸਭ ਮਾਊਂਟੇਨੀਅਸ ਸੀਜ਼ਨ ਵਿੱਚ, ਲਾਸਟ ਵੀਕ ਆਫ ਜੂਨ, ਫਸਟ ਵੀਕ ਆਫ ਜੁਲਾਈ, ਸੈਕਿੰਡ ਫੋਰਨਾਈਟ ਆਫ ਮਈ, ਜਾਂ ਬੋਥ ਏ ਬੀ? ਕੀ ਆਂਸਰ ਰਹੇਗਾ? ਮੈਚ ਨੂੰ, ਮੈਚ ਕੀ ਹੁੰਦੀ ਹੈ, ਹਾਂ, ਕਦੋਂ ਬੀਜਦੇ ਮੈਚ ਨੂੰ? ਡੀ ਕਹਿ ਰਹੇ, ਡੀ ਬਿਲਕੁਲ ਸਹੀ ਹੈ, ਕਿਉਂਕਿ ਡੀ ਸਭ ਮਾਊਂਟੇਨੀਅਸ ਸੀਜ਼ਨ ਵਾਸਤੇ 15 ਤੋਂ 25 ਜੁਲਾਈ, ਅਤੇ ਬਾਕੀ ਏਰੀਆ ਵਾਸਤੇ ਲਾਸਟ ਵੀਕ ਆਫ ਜੂਨ ਟੂ ਫਸਟ ਵੀਕ ਆਫ ਜੁਲਾਈ, ਦੋਨੋਂ ਹੀ ਉਹਦੇ ਸੋਇੰਗ ਟਾਈਮ ਹੁੰਦੇ ਆ। ਡਿਪੈਂਡ ਕਰਦਾ ਸਭ ਮਾਊਂਟੇਨ, ਮਤਲਬ ਹੁਸ਼ਿਆਰਪੁਰ ਵਾਲਾ ਏਰੀਆ, ਥੋੜ੍ਹਾ ਜਿਹਾ ਹਾਂ ਪਹਾੜਾਂ ਦੇ ਨਾਲ ਲੱਗਦਾ ਏਰੀਆ। ਨੈਕਸਟ, ਦ ਲਾਰਵਾਰ ਗ੍ਰੀਨ ਇਨ ਕਲਰ, ਮੈਜ਼ਰਿੰਗ 2 to 4 cm ਲੈਂਥ, ਵੈਨ ਟੱਚ ਦੇ ਫੋਰਮ ਆ ਲੂਪ, ਆਈਡੈਂਟੀਫਾਈ ਦ ਲਾਰਵਾ। ਲਾਰਵਾ ਨੂੰ ਆਈਡੈਂਟੀਫਾਈ ਕਰੋ, ਕੀ ਹੈ? ਟੋਬੈਕੋ ਕੈਟਰਪਿਲਰ ਹੈ, ਹੇਰੀ ਕੈਟਰਪਿਲਰ ਹੈ, ਸੈਮੀ ਲੂਪਰ ਹੈ, ਵਾਈਟ ਫਲਾਈ ਹੈ? ਦੇਖੋ, ਇਹਦੇ ਲਾਰਵਾ ਦੀ ਗੱਲ ਕਰਤੀ, ਵਾਈਟ ਫਲਾਈ ਤਾਂ ਵੈਸੀ ਬਾਹਰ ਹੋ ਗਿਆ, ਕਿਉਂਕਿ ਵਾਈਟ ਫਲਾਈ ਸੈਕਿੰਡ ਪੈਸਟ ਹੈ, ਵਾਈਟ ਫਲਾਈ ਦੇ ਵਿੱਚ ਲਾਰਵਾ ਨਹੀਂ ਹੈ, ਲਾਰਵਾ ਸਟੇਜ ਨਹੀਂ ਹੈ, ਠੀਕ ਹੈ। ਸੈਮੀ ਲੂਪਰ ਹੈ, ਹੇਰੀ ਕੈਟਰਪਿਲਰ ਹੈ, ਟੋਬੈਕੋ ਕੈਟਰਪਿਲਰ ਹੈ, ਮਾਂ ਦੀ ਦਾਲ। ਹਾਂਜੀ, ਮੈਸ਼ ਕੀ ਹੈ? ਮਾਂ ਦੀ ਦਾਲ। ਹੁਣ ਇਹਦਾ ਆਂਸਰ ਦੱਸੋ, ਲਾਰਵਾ ਇਹੋ ਜਿਹਾ ਜਿਹੜਾ ਗ੍ਰੀਨ ਹੋਊਗਾ ਕਲਰ ਦੇ ਵਿੱਚ, ਗ੍ਰੀਨ ਕਲਰ ਹੋਊਗਾ 2 ਤੋਂ 4 cm ਲੈਂਥ ਦੇ ਵਿੱਚ, ਜਦੋਂ ਉਹਨੂੰ ਆਪਾਂ ਟੱਚ ਕਰਾਂਗੇ ਉਹ ਲੂਪ ਬਣਾ ਲਏਗਾ। ਉਹਨੂੰ ਆਪਾਂ ਕੀ ਕਹਾਂਗੇ? ਨਾਮ ਤੋਂ ਪਤਾ ਚੱਲ ਜਾਂਦਾ, ਕੀ ਕਹਾਂਗੇ? ਸੈਮੀ ਹੋਪਰ ਨਹੀਂ, ਸੈਮੀ ਲੂਪਰ। ਕੀ ਕਹਾਂਗੇ? ਸੀ ਇਜ਼ ਰਾਈਟ ਆਂਸਰ, ਕੀ ਕਹਿ ਦਾਂਗੇ? ਸੈਮੀ ਲੂਪਰ। ਨੈਕਸਟ, ਦ ਟੂ ਕੰਟਰੋਲ ਵੀਡਸ ਇਨ ਸੋਇਆਬੀਨ, ਵਿੱਚ ਹਰਬੀਸਾਈਡ ਇਜ਼ ਯੂਜ਼ਡ? ਕਿਹੜਾ ਹਰਬੀਸਾਈਡ ਯੂਜ਼ ਕਰਦੇ ਹਾਂ? 600 ml ਸਟੋਂਪ, 500 ml ਸਟੋਂਪ, ਅੱਛਾ ਪੈਰੀਮੇਸ 300 ml, ਜਾਂ ਫਿਰ 800 ml ਸਟੋਂਪ ਸੋਇਆਬੀਨ ਦੇ ਵਿੱਚ? ਇਹ ਵੀ ਯਾਦ ਰੱਖਣਾ, ਸਟੋਂਪ 30 AC ਆਪਾਂ ਕਹਿੰਦੇ ਯੂਜ਼ ਕਰ ਰਹੇ ਸੀ ਰਾਈਸ ਦੇ ਵਿੱਚ, ਕਿੰਨਾ ਯੂਜ਼ ਕਰ ਰਹੇ ਸੀ? 1000 ਤੋਂ 1200, ਇਹੀ ਯੂਜ਼ ਕਰ ਰਹੇ ਸੀ ml, ਹੈ ਨਾ। ਅਗਰ ਆਪਾਂ ਹੈਵੀ ਸੋਇਲ 'ਤੇ ਪਾ ਰਹੇ ਹਾਂ, ਰਾਈਸ ਦੀ ਗੱਲ ਕਰ ਰਹੇ ਹਾਂ, ਹੈਵੀ ਸੋਇਲ 'ਚ ਪਾ ਰਹੇ ਹਾਂ ਤਾਂ 1200, ਲਾਈਟ ਸੋਇਲ 'ਚ ਪਾ ਰਹੇ ਹਾਂ ਤਾਂ 1000। ਬੀ ਕਹਿ ਰਿਹਾ 300 ml, ਬੀ ਪੈਰੀਮੇਜ ਰਾਜੇ 300 ml ਸੀ, ਇਹ ਵੀ ਦੱਸੋ। ਜਿਹੜੇ ਬੀ ਆਂਸਰ ਕਰ ਰਹੇ, ਬੀ ਗਲਤ ਹੈ, 600 ml ਕੀ ਹੈ?
ਸਟੋਮਪ 30 EC ਯੂਜ਼ ਕੀਤਾ ਜਾਂਦਾ, ਪੈਂਡੀਮਿਥਲਿਨ ਸਟੋਮਪ 30 EC ਯੂਜ਼ ਕੀਤਾ ਜਾਂਦਾ। ਕਲੀਅਰ, ਆਂਸਰ ਕੀ ਰਹੇਗਾ? ਡੀ। ਨੈਕਸਟ, ਵਿਚ ਫੰਜੀਸਾਈਡ ਯੂਜ਼ ਟੂ ਟ੍ਰੀਟ ਦਾ ਗਰਾਊਂਡਨਟ ਕਰਨਲ ਟੂ ਗੈਟ ਰਿਡ ਆਫ ਵਾਈਟ ਗ੍ਰਬ ਐਂਡ ਟਰਮਾਈਟ, ਵਾਈਟ ਗ੍ਰਬ ਅਤੇ ਟਰਮਾਈਟ ਤੋਂ ਦੂਰ ਕਰਨਾ ਹੈ ਤਾਂ ਕੀ ਯੂਜ਼ ਕਰਾਂਗੇ? ਨਿਓਨਿਕਸ ਇੰਡੋਫਿਲ ਸੀਡੈਕਸ ਥੀਰਮ ਕੀ ਯੂਜ਼ ਕਰਾਂਗੇ? 2 ml ਨਿਓਨਿਕਸ, 4 g ਇੰਡੋਫਿਲ। ਅੱਛਾ, ਥੀਰਮ ਵੀ ਕਿਤੇ ਪੜਿਆ ਹੋਊਗਾ, ਸੀਡੈਕਸ ਵੀ ਪੜਿਆ ਹੋਊਗਾ, ਨਾਲ ਆਹ ਵੀ ਚੈੱਕ ਕਰ ਲੈਣਾ, 5 g, 4 g, 4 g, 2 ml, ਸਹੀ ਡੋਜ਼ ਕਿੰਨੀ ਦਿੱਤੀ ਹੋਈ ਹੈ? ਇਹ ਕੱਲ੍ਹ ਹੀ ਕਲਾਸ ਦੇ ਵਿੱਚ ਕੀਤਾ ਹੈ, ਹੈ ਨਾ, ਕੱਲ੍ਹ ਹੀ ਕਲਾਸ ਦੇ ਵਿੱਚ ਕਰਕੇ ਆਏ ਹਾਂ। ਨਿਓਨਿਕਸ, ਨਿਓਨਿਕਸ ਕਹਿ ਰਿਹਾ, ਯੈਸ, 2 ml ਆਪਾਂ ਕੀ ਯੂਜ਼ ਕਰਦੇ ਹਾਂ? ਨਿਓਨਿਕਸ। ਹੁਣ ਇਹ ਦੱਸ ਦਿਓ, ਨਿਓਨਿਕਸ ਵਿੱਚ ਕਿਹੜਾ ਕਿਹੜਾ ਕੰਟੈਂਟ ਹੁੰਦਾ ਇਹ ਤੁਸੀਂ ਕਮੈਂਟ ਸੈਕਸ਼ਨ ਦੱਸੋ, ਠੀਕ ਹੈ। ਜਿਹੜੇ ਬੱਚੇ ਨੂੰ ਲੱਗਦਾ ਕਿ ਸਾਡੀ ਤਿਆਰੀ ਹੋ ਚੁੱਕੀ ਹੈ, ਏਡੀਓ ਦੀ ਟੈਕਸਟ ਸੀਰੀਜ਼ ਪਰਚੇਜ਼ ਕਰ ਸਕਦਾ 1999। ਇਹਦੇ ਲਈ ਕੋਈ ਕੂਪਨ ਕੋਡ ਨਹੀਂ ਲਗਾਉਣਾ, ਸਿੱਧਾ ਅਰੋੜਾ ਕਲਾਸਿਸ ਦੀ ਐਪ 'ਤੇ ਜਾਣਾ, ਆਪਦੇ ਆਪ ਨੂੰ ਰਜਿਸਟਰ ਕਰਨਾ, ਰਜਿਸਟਰ ਕਰਨ ਤੋਂ ਬਾਅਦ ਕੀ ਆਏਗਾ, ਕੋਰਸਿਸ ਬਟਨ 'ਤੇ ਜਾਣਾ, ਜੇ ਤੁਸੀਂ ਏਡੀਓ ਦਾ ਬੈਚ ਲੈਣਾ ਤਾਂ ਏਡੀਓ 'ਤੇ ਜਾਣਾ, ਏਡੀਓ ਟੈਕਸ ਲੈਣੀ ਤਾਂ ਏਡੀਓ ਟੈਕਸ ਲਿਖ ਦੇਣਾ। ਕਿੰਨੇ ਦੀ ਰਹੇਗੀ? 199 ਓਨਲੀ। ਕਲੀਅਰ? ਨੈਕਸਟ, ਨੇਪੀਅਰ ਬਾਜਰਾ ਇਨ ਵੈਜੀਟੇ, ਅੱਜ ਦੱਸਿਆ ਨੇਪੀਅਰ ਬਾਜਰਾ, ਜਿਹੜਾ ਕਿ ਨੇਪੀਅਰ ਗਰਾਸ ਅਤੇ ਬਾਜਰਾ, ਹੈ ਨਾ, ਦੋਨਾਂ ਤੋਂ ਬਣਿਆ, ਹਾਈਬ੍ਰਿਡ ਬਣਿਆ, ਜਿਹਦੀ ਆਪਾਂ 11,000 ਸਲਿਪਸ ਲੈ ਰਹੇ ਸੀ, ਜਿਹੜਾ ਕਿ ਸੀ ਪੈਰੀਨੀਅਲ ਸੀਗਾ, 2 ਤੋਂ 3 ਸਾਲ ਚੱਲਦਾ ਸੀ ਪੈਰੀਨੀਅਲ ਗਰਾਸ, ਲਾਈਕ ਅ ਗਰਾਸ ਐਂਡ ਇਜ਼ ਪੈਰੀਨੀਅਲ ਇਨ ਨੇਚਰ, ਆ ਗਿਆ ਦਾ ਸਾਈਲੇਜ ਕੁਆਲਿਟੀ ਵਿੱਚ ਹਾਈਬ੍ਰਿਡ ਇਜ਼ ਬੈਟਰ ਦੈਨ PBN, ਪੰਜਾਬ ਬਾਜਰਾ ਨੇਪੀਅਰ, ਠੀਕ ਹੈ, 233 ਤੋਂ ਜ਼ਿਆਦਾ ਵਧੀਆ। ਅੱਜ ਸਾਰੇ ਪੜ੍ਹ ਕੇ ਆਇਆ, PBN 342, PBN 346, PBN 233, PBN 83, ਇਹਦੇ ਵਿੱਚ ਵਰਾਇਟੀ ਦੇ ਵਿੱਚ ਮੈਂ ਪਹਿਲਾਂ ਦੱਸਿਆ ਸੀ ਕੁਛ ਜ਼ਿਆਦਾ ਨਹੀਂ ਆ, ਇਮੀਡਾ ਕਲੋਪਰਿਡ ਪਲੱਸ ਹੈਗਜ਼ਾਕੋਨਾਜ਼ੋਲ, ਬਿਲਕੁਲ ਸਹੀ ਹੈ, ਇਮੀਡਾ ਕਲੋਪਰਿਡ ਪਲੱਸ ਹੈਗਜ਼ਾਕੋਨਾਜ਼ੋਲ, ਇਹਦੇ ਵਿੱਚ ਨਿਓਨਿਕਸ, ਇਮੀਡਾ ਕਲੋਪਰਿਡ ਪਲੱਸ ਹੈਗਜ਼ਾਕੋਨਾਜ਼ੋਲ। ਨੈਕਸਟ 13th ਕੁਸ਼ਚਨ, ਨੇਪੀਅਰ ਵਾਲਾ, ਇਹਦਾ ਆਂਸਰ ਕੀ ਰਹੇਗਾ? 346 ਕਹਿ ਰਿਹਾ, PBN 346, ਹਾਂਜੀ PBN 346 ਬਿਲਕੁਲ ਸਹੀ ਹੈ, ਉਹਨਾਂ ਨੇ ਪਹਿਲੇ ਪੁੱਛ ਲਿਆ 233 ਤਾਂ ਆ ਤਾਂ ਬਾਹਰ ਹੀ ਕੱਢ ਦਈਏ, 233 ਤੋਂ ਜ਼ਿਆਦਾ ਜਿਹਦਾ ਈਲਡ ਹੁੰਦਾ 346 ਦਾ ਹੁੰਦਾ। ਕਲੀਅਰ? ਨੈਕਸਟ, ਵਿਚ ਆਫ ਦਾ ਫੋਲਿੰਗ ਕਰੋਪ ਡਜ਼ ਨੋਟ ਲੀਵ ਐਨੀ ਰੈਜੀਡੂਅਲ ਨਿਊਟ੍ਰੈਂਟ ਟੂ ਦਾ ਸਕਸੀਡਿੰਗ ਕਰੋਪ, ਰੈਜੀਡੂਅਲ ਨਿਊਟ੍ਰੈਂਟ ਆਪਦੇ ਕਰੋਪ ਤੋਂ ਅਗਲੀ ਕਰੋਪ ਵੱਲ ਕੁਛ ਵੀ ਨਹੀਂ ਛੱਡਦਾ, ਠੀਕ ਹੈ, ਬਟ ਆਪਾਂ ਕੀ ਕਰਦੇ ਹਾਂ, ਆਪਾਂ ਉਸ ਕਰੋਪ ਦੇ ਵਿੱਚ ਫਾਲਤੂ ਨਿਊਟ੍ਰੈਂਟ ਪਾਉਂਦੇ ਹਾਂ ਕਿ ਅਗਲੀ ਕਰੋਪ ਵਾਸਤੇ ਕੁਛ ਨਾ ਕੁਛ ਰੈਜੀਡੂ ਬਚੇ, ਇਸ ਕਰਕੇ ਫਾਲਤੂ ਨਿਊਟ੍ਰੈਂਟ ਪਾਉਣੇ ਪੈਂਦੇ ਆ, ਬਹੁਤ ਜ਼ਿਆਦਾ ਨਿਊਟ੍ਰੈਂਟ ਪਾਉਣੇ ਪੈਂਦੇ। ਕਿਹੜੀ ਕਰੋਪ ਹੈ? ਗ੍ਰੀਨ ਗ੍ਰਾਮ, ਬਾਰਲੇ, ਪਟੈਟੋ, ਵੀਟ। ਗ੍ਰੀਨ ਗ੍ਰਾਮ ਬਾਹਰ ਕੱਢ ਦਿੰਦੇ ਹਾਂ, ਲੈਗਿਊਮ ਕਰੋਪ ਹੈ, ਆਪਦਾ ਆਪਦਾ ਰੈਜੀਡੂਅਲ ਇਫੈਕਟ ਜ਼ਰੂਰ ਦੇਖਣ ਨੂੰ ਮਿਲਦਾ ਗ੍ਰੀਨ ਗ੍ਰਾਮ ਦੇ ਵਿੱਚ, ਲੈਗਿਊਮ ਕਰੋਪ ਦੇ ਵਿੱਚ ਰੈਜੀਡੂਅਲ ਅਗਲੀ ਕਰੋਪ ਦੇ ਉੱਪਰ ਉਹਦਾ ਇਫੈਕਟ ਦੇਖਣ ਨੂੰ ਮਿਲਦਾ, ਜੋ ਕਿ ਈਲਡ ਨੂੰ ਇਨਕਰੀਜ਼ ਕਰਦਾ। ਆਪਾਂ ਇੱਕੋ ਕਰੋਪ ਦੇ ਉੱਪਰ ਵਾਰ ਵਾਰ ਨਿਊਟ੍ਰੈਂਟ ਪਾ ਰਹੇ ਹਾਂ, ਬਟ ਉਹਦਾ ਨਿਊਟ੍ਰੈਂਟ ਦਾ ਇਫੈਕਟ ਅਗਲੀ ਕਰੋਪ 'ਤੇ ਦੇਖਣ ਨੂੰ ਨਹੀਂ ਮਿਲ ਰਿਹਾ, ਜਿਹੜਾ ਆਪਾਂ 6 ਮਹੀਨੇ ਪਹਿਲਾਂ ਪਾਏ ਸੀ। ਤਾਂ ਕਿਹੜੀ ਕਰੋਪ ਵਿੱਚ ਹੁੰਦਾ? ਜਿਹੜੀ ਕਿ ਬਹੁਤ ਜ਼ਿਆਦਾ ਨਿਊਟ੍ਰੈਂਟ ਅਪਟੇਕ ਕਰੇਗੀ, ਉਹਦੇ 'ਤੇ ਹੋਏਗਾ। ਬਿਲਕੁਲ ਸਹੀ ਹੈ, ਪੋਟੈਟੋ ਜਿਹੜੇ ਲਗਾ ਰਹੇ, 14th ਦਾ ਆਂਸਰ ਕੀ ਹੈ? ਪੋਟੈਟੋ। ਕਲੀਅਰ? ਟੈਸਟ ਵੇਟ ਆਫ ਫਲੈਰਿਸ ਮਾਈਨਰ, ਦੇਖੋ ਵੀਟ ਦੇ ਵਿੱਚ ਆਉਂਦਾ ਮਿਮਿਕਰੀ ਵੀਟ ਹੈ, ਵੀਟ ਦੇ ਵਿੱਚ ਜਿਹਨੂੰ ਆਪਾਂ ਕਹਿੰਦੇ ਹਾਂ ਗੇਹੂੰ ਕਾ ਮਾਮਾ, ਵੀਟ ਦਾ ਟੈਸਟ ਹੁੰਦਾ 40 g, ਫਲੈਰਿਸ ਮਾਈਨਰ ਦਾ ਕਿੰਨਾ ਹੁੰਦਾ? ਹੁੰਦਾ ਗ੍ਰੇਨ ਦੀ ਤਰ੍ਹਾਂ ਹੀ ਹੈ, ਤਾਂ ਇਹਦਾ ਦੱਸੋ। ਹਾਂਜੀ, ਪੋਟਾਸ਼ੀਅਮ ਫੋਸਫੋਰਸ, ਵੈਰੀ ਗੁੱਡ। ਇਹਦਾ ਆਂਸਰ ਦੱਸੋ, ਟੈਸਟ ਵੇਟ ਆਫ ਫਲੈਰਿਸ ਮਾਈਨਰ, ਬਹੁਤ ਪੇਪਰ ਵੀ ਦੇਖਣ ਨੂੰ ਮਿਲਿਆ। ਹਾਂਜੀ,
वेट तो होंगे 40 ग्राम। वेट का जो मामा है गेहूं का मामा वो कौन है? फ्लेरिस माइनर, जिन्हें आप की कहने कणक के आता वीट सब तो ज्यादा ठीक 2 ग्राम वीट 2 ग्राम बिल्कुल सही। इनका आंसर की रहेगा 2 ग्राम। 15 क्वेश्चन होए हैं, तुसी दसो तुहाडे 15 विचों किन्ने मार्क्स आ रहे हैं। कमेंट सैक्शन में तुहाडे नंबर जरूर होने चाहिए है। अगर तुसी एडियो दा बैच परचेज करना चाहते हो करना की है, अरोड़ा क्लासेस की ऐप नूं डाउनलोड करना, उस तो बाद रजिस्टर करना खुद नूं। रजिस्टर करने तो बाद कोर्सेज बटन पर क्लिक करना, करन तो बाद एडियो सर्च कर लेना, जा एएफओ की तैयारी कर रहे हो तो एएफओ तो बैच बिना किसी कूपन कोड तो पै रहा है 499 का। एडियो का जोड़ा है 3100 का शो करेगा, उत्थे पूछेगा हैव अ कूपन कोड, उत्थे लिख देना AC 738 तो रह जाएगा 1100 का, तुसी बाय कर सकते हो। अगर तुसी आईफोन यूजर हो, अमीर लोग हो, है ना, आईफोन वाले जो अमीर लोग है वो की करेंगे, माई इंस्टीट्यूट ऐप, माई इंस्टीट्यूट ऐप डाउनलोड करेंगे, उत्थे ORG कोड पूछेंगे, ORG कोड लिख देना ARC, तो उस तो बाद रजिस्टर करना आपदे आप नूं, कोर्स बटन दे जाना, बाकी का प्रोसैस सब कुछ सेम है। हाँ जी, तो क्लास किवें लगी है इहदी वो जरूर दसना, वीडियो नूं शेयर कर देना, लाइक कर देना, लाइक बहुत घट है तुहाडे, ठीक है, लाइक कर देना, तो सारे नूं दस देना कि 5 बजे तो क्लास लग्या करेगी, 3-4 दिन नहीं लगी क्योंकि न्यू ईयर करके, प्लस AFO का एग्जाम सीगा, इस करके बच्चों की डिमांड करके क्लास एक बार ऑफ की हुई सी। क्लीयर? हाँ जी, गुल्ली डंडा कहने गुल्ली डंडा। सर टेस्ट कल अपलोड कर, हाँ जी, जिहड़ा अपने बैच दे विच टेस्ट चल रहा है खरीफ क्रॉप्स का, खरीफ क्रॉप्स कंप्लीट हो चुकी हैं, तो खरीफ क्रॉप का फुल टेस्ट जिहड़ा है कितने क्वेश्चन, 90 क्वेश्चन है, हाँ 90 क्वेश्चन है, 90 क्वेश्चन पूरे के पूरे खरीफ पैकेज विचों ले गए हैं, तो वो टेस्ट जिहड़ा है वो अपलोड कल होएगा। क्लास जी है कल 10 to 12 लगातार सोच सैन की क्लास है, क्लास कोई भी मिस नहीं होएगी, बैच के क्लास उमें चलेगी, 12 बजे तुहाडा टेस्ट जिहड़ा है तुहानू मिलेगा, 12 to 1 घंटे टाइम तुसीं टेस्ट करने, ठीक है जी, जिहड़े बच्चे पुछ रहे बैच। ओके, क्लास किवें लगी कमेंट सैक्शन जरूर दसना, वीडियो लाइक कर देना, शेयर कर देना, तो जिन्होंने अजे तक बैच नहीं परचेज किया कर लेना, अगर तुहाडी तैयारी हो चुकी है तो एडियो टेस्ट सीरीज सिर्फ और सिर्फ 199 च बाय कर सकते हो। थैंक यू सो मच, मिलते हैं कल 5 बजे, तो उस तो बाद जिहड़े बच्चे AFO की तैयारी कर रहे, AFO की तैयारी वास्ते स्पैशल फ्री ऑफ कॉस्ट पूरे के पूरा 20 दिन क्रैश कोर्स कंप्लीट करावांगे, मिलते हैं कल, थैंक यू सो मच।